ਇਕ ਆਖਰੀ ਸਵਾਲ ਜਾਂ ਫਿਰ ਕਹਿ ਸਕਦੇ ਆ ਕਿ ਜ਼ਰੂਰ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹਾਂਗੀ ਕੋਈ ਕੋਈ ਐਸੀ ਭਵਿੱਖਬਾਣੀ ਜੋ ਸਾਡੇ ਚੈਨਲ ਤੇ ਤੁਸੀਂ ਕਰਨਾ ਚਾਹੁੰਦੇ ਹੋ ਮੈਂ ਐਸੀ ਇਹੀ ਅਜੀਬੀ 2022 ਚ ਖਤਰਾ ਕੋਈ ਬਿਮਾਰੀਆਂ ਤਾਂ ਆਉਣਗੀਆਂ ਜ਼ਿਆਦਾ ਇੱਕ ਭਵਿੱਖਬਾਣੀ ਉਹਦੇ ਅਗਲੇ ਨੇ ਕਹਿਣਾ ਵੀ ਉਹ ਤੋਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭਵਿੱਖਬਾਣੀਆਂ ਮੈਂ ਉਹਦੀ ਗੱਲ ਨਹੀਂ ਕਰਦਾ ਜਿਹੜਾ ਹੋਰ ਬਾਬੇ ਦਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਵਿਖਬਾਣੀ ਸੀ ਵੀ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੋਕ ਮਰਨਗੇ ਤੇ ਤਰ੍ਹਾਂ-ਤਰ੍ਹਾਂ ਦੇ ਨਸ਼ੇ ਆਉਣਗੇ ਕਲਯੁਗ ਦੇ ਵਿੱਚ ਹੁਣ ਉਹ ਦੋਹੇ ਚੀਜ਼ਾਂ ਸਿਖਰਤੇ ਨੇ ਔਰ ਮੈਂ ਹੋਰ ਤੁਹਾਨੂੰ ਕਹਿਣਾ ਚਿੱਟਾ ਨਸ਼ਾ ਉਹਨਾ ਖਤਰਨਾਕ ਨਹੀਂ ਇਹ ਤੋਂ 10 ਗੁਣਾ ਵੱਧ ਨਸ਼ੇ ਆਉਣਗੇ ਪੰਜਾਬ ਦੇ ਵਿੱਚ ਪੰਜਾਬ ਬਿਹਾਰ ਤੇ ਝਾਰਖੰਡ ਤੋਂ ਥੱਲੇ ਵਗ ਜਣਾ ਇਹ ਮੇਰੀ ਪੁਵਿੱਖਬਾਣੀ ਹੈ ਜੇ ਤੁਸੀਂ ਹੁਣ ਜਿਵੇਂ ਮੋਦੀ ਤੋਂ ਕਾਨੂੰਨਾਂ ਵਾਲੀ ਗੱਲ ਮਨਾਈ ਆ ਹੁਣ ਸੰਘਰਸ਼ ਕਰਨ ਲੱਗ ਜਓ ਐਂ ਕਰੋ ਆਪਣਾ ਇੱਕ ਬੰਦਾ ਪੰਜਾਬ ਚੋਂ 2 ਜਨਵਰੀ ਨੂੰ ਭਾਈ ਨਾਲੇ ਉਰੇ ਅਸੀਂ ਇੱਕ ਮੀਟਿੰਗ ਕਰ ਰਹੇ ਹਾਂ ਹੋ ਸਕਦਾ ਸੀ 5 ਜਨਵਰੀ ਨੂੰ ਮੋਦੀ ਨੂੰ ਮਿਲੀਏ ਜਦੋਂ ਮੈਂ ਮੋਦੀ ਨੂੰ ਮਿਲਣ ਦੀ ਗੱਲ કરી ਇੱਕ ਬੰਦਾ ਕਹਿੰਦਾ ਗਰੁੱਪ ਚੋਂ ਕਹਾਂ ਤੇਰੀ ਮੋਦੀ ਨਾਲ ਆੜੀ ਆ ਕਹਿੰਦਾ ਸਾਬਤ ਹੋ ਗਿਆ ਮੈਂ ਕਿਹਾ ਨਹੀਂ ਮਿਲਦੇ ਫੇਰ ਆੜੀ ਟੁੱਟ ਗਈ ਹੁਣ ਕਿ ਨਹੀਂ ਮਿਲਦੇ ਉਹ ਮੈਂ ਕਿਹਾ ਪਹਿਲਾਂ 2 ਜਨਵਰੀ ਨੂੰ ਸਾਰੇ ਜਿੰਨੇ ਪਾਣੀ بچਾਓ ਕਿਸਾਨੀ بچਾਓ ਜਵਾਨੀ بچਾਓ ਕਿਸੇ ਪਾਰਟੀ ਦੇ ਲੀਡਰ ਹੋਵੇ ਉਹ ਚਾਹੇ ਕਾਂਗਰਸ ਦਾ ਹੋਵੇ ਚਾਹੇ ਅਕਾਲੀ ਦਲ ਦਾ ਕਿਸੇ ਪਾਰਟੀ ਲਈ ਸਾਰਿਆਂ ਲਈ ਖੁੱਲਾ ਸਦਾ ਸਾਰਿਆਂ ਲਈ ਖੁੱਲਾ ਸਦਾ 2 ਜਨਵਰੀ ਨੂੰ ਆਓ ਪਰ ਖਸ ਖਾਸ ਦੇ ਹਮੇਤੀ ਹੂੰ ਨਿਮਿਤਤਾ ਰੰਬੀਰ ਗਾਂਧੀ ਜੀ ਨੇ ਡੀਐਸਪੀ ਬਲਵਿੰਦਰ ਸਿੰਘ ਸੇਖੋ ਨੇ ਰਾਮਨਦੀਪ ਕੌਰ ਮਖਰਾਏ ਤੋਂ ਸਿਮਰਨ ਮਹੰਤ ਜੀ ਪਟਿਆਲੇ ਤੋਂ ਹੋਰ ਜਿਹੜੇ ਸੂਬਾ ਪ੍ਰਧਾਨ ਇਹਦੇ ਤਾਂ ਮੈਂ ਨਾਂ ਯਾਦ ਨਹੀਂ ਤਾਂ ਨਹੀਂ ਖਸ ਖਾਸ ਦੇ ਖੇਤੀ ਦੇ ਪ੍ਰਧਾਨ ਜੈ ਜਵਾਨ ਜੈ ਕਿਸਾਨ ਪਾਰਟੀ ਬੜੇ ਲੋਕ ਬਾਈ ਲੱਖਾਂ ਸਦਾਣਾ ਆ ਸਕਦਾ ਬੜੇ ਵਿਦਵੁੱਧੀ ਜੀ ਵੀ ਲੋਕ ਆਉਣਗੇ ਜਿਹੜੀ ਤੁਸੀਂ ਹੁਣ ਭਵਿੱਖਬਾਣੀ ਕੀਤੀ ਆ ਉਹ ਇੱਕ ਵਾਰ ਜ਼ਰੂਰ ਦੁਹਰਾ ਦਿਓ ਕਿਉਂਕਿ ਕਈਆਂ ਨੇ ਸੁਣੀ ਹੋਏਗੀ ਕਈਆਂ ਨੇ ਨਹੀਂ ਸੁਣੀ ਹੋਏਗੀ ਕਿ ਉਹ ਭਵਿੱਖवाणी ਸੱਚ ਹੋਏਗੀ ਤੁਹਾਨੂੰ ਜਿੱਥੇ ਤੱਕ ਕੀ ਲੱਗਦਾ ਦੇਖੋ ਜੀ ਜਿਹੜਾ ਰਾਜੇਵਾਲ ਸਾਹਿਬ ਦਾ ਕਿਹਾ ਸੀ ਉਹ ਵੀ ਸੱਚ ਹੋ ਗਿਆ ਗੁਰਪਰਬ ਤੇ ਮੋਦੀ ਫੈਸਲਾ ਸੁਣਾਊਗਾ ਉਹ ਵੀ ਸੱਚ ਹੋ ਗਿਆ ਕਾਂਗਰਸ ਦੇ ਪੰਜ ਲੀਡਰ ਚੋਟੀ ਦੇ ਬੀਜੇਪੀ ਤੇ ਜਾਣਗੇ ਜਦੋਂ ਬੀਜੇਪੀ ਦੇ ਕੱਪੜੇ ਪਾੜਦੇ ਸੀ ਮੇਰੇ ਤੇ ਮਜ਼ਾਕ ਉਡਾਉਂਦੇ ਸੀ ਗਿਣੋ ਜਿੰਗਲੀ ਤੇ ਪਹਿਲਾ ਰਾਣਾ ਸੋਢੀ ਬੀਜੇਪੀ ਚ ਦੂਜਾ ਇੰਡੀਆ ਦਾ ਮੈਂ ਕਹਿੰਦਾ ਟੌਪ 10 ਚਾਹੁੰਦਾ ਅਮੀਰ ਅਰਵਿੰਦ ਖੰਨਾ ਇੱਕ ਸ਼ੀਟ ਤੇ 20 ਕਰੋੜ ਵੀ ਖਰਤ ਸਕਦਾ ਹਥਿਆਰਾਂ ਦਾ ਬਿਜ਼ਨਸ ਆਦੇ ਡੈਡੀ ਦਾ ਅਰਵਿੰਦ ਖੰਨਾ ਬੀਜੇਪੀ ਚ ਤੀਸਰਾ ਚੱਲਿਆ ਗਿਆ ਜੀ ਫਤੇਜੰਗ ਬਾਜਵਾ ਤ੍ਰਿਪਤ ਬਾਜਵਾ ਜਿਹੜਾ ਕਾਂਗਰਸ ਦਾ ਪ੍ਰਧਾਨ ਰਿਹਾ ਉਹਦਾ ਮੁੰਡਾ ਐਮਐਲਏ ਚੌਥਾ ਚੱਲਿਆ ਗਿਆ ਜੀ ਸੁਖਦੇਵ ਸਿੰਘ ਢੀਂਡਸਾ ਦੋ ਵਾਰ ਐਮਪੀ ਰਿਹਾ ਐਮਐਲਏ ਰਿਹਾ ਦੋ ਤਿੰਨ ਵਾਰ ਪੰਜਵਾਂ ਚੱਲਿਆ ਗਿਆ ਜੀ ਪਰਮਿੰਦਰ ਸਿੰਘ ਢੀਂਡਸਾ 20 ਸਾਲ ਲਗਾਤਾਰ ਐਮਐਲਏ ਰਿਹਾ ਹਰਿਆਣੀ ਵਿੱਤ ਮੰਤਰੀ ਰਿਹਾ ਖਜ਼ਾਨਾ ਮੰਤਰੀ ਸੁਖਵੀਰ ਬਾਦਲ ਦਾ ਰਾਈਟ ਹੈਂਡ ਉਹ ਬੀਜੇਪੀ ਚ ਦੱਸੋ ਮੈਨੂੰ ਮੇਰੀ ਕਾਸ ਬਾਣੀ ਇਹ ਵੀ ਉਸ ਤੋਂ ਬਾਅਦ ਮੈਨੇ ਜੀ ਕਿਹਾ ਸੀ ਵੀ ਮਜੀਠੀਏ ਤੇ ਪਰਚਾ ਝੂਠਾ ਪਰ ਉਹ ਜੇਲ੍ਹ ਚ ਜਾ ਸਕਦਾ ਪਹਿਲਾਂ ਕੋਰਟ ਨੇ ਬਰੀ ਕਰਤਾ ਸਾਬਤ ਕਰਤਾ ਬੇਕਸੂਰਾ ਹੁਣ ਬੀਜੇਪੀ ਵੱਲੋਂ ਵੀ ਪ੍ਰੈਸ਼ਰ ਆ ਇਧਰੋਂ ਸਾਰਿਆਂ ਵੱਲੋਂ ਵੀ ਪ੍ਰੈਸ਼ਰ ਆ ਕਾਂਗਰਸ ਦਾ ਉਹਨੂੰ ਜੇਲ੍ਹ ਚ ਜੇ ਉਹ ਜੇਲ੍ਹ ਚ ਚਲੇ ਗਿਆ ਮੈਂ ਤੁਹਾਨੂੰ ਇਹ ਕਿਹਾ ਤੀ ਵੀ ਜੇ ਮਜੀਠੀਆ ਜੇਲ੍ਹ ਚ ਚਲੇ ਜਾਂਦਾ ਸੁਖਵੀਰ ਬਾਦਲ ਦੀਆਂ 34 ਸੀਟਾਂ ਆਉਣਗੀਆਂ ਕਾਂਗਰਸ ਪਾਰਟੀ ਦੀਆਂ 33 ਸੀਟਾਂ ਕੈਪਟਨ ਦੀ ਪਾਰਟੀ ਦੀਆਂ 16 ਤੋਂ ਲੈ ਕੇ 19 ਤੱਕ ਹੱਦ 19 ਤੋਂ ਨਹੀਂ ਵੱਧਦੀਆਂ ਸੋ ਘੱਟ ਸਕਦੀਆਂ ਨੇ 16 15 17 ਇੰਨੀ ਬੀਜੇਪੀ ਦੀਆਂ 15 ਕਟੋ-ਕਟ 14 15 16 ਝਾੜੂ ਵਾਲਿਆਂ ਦੀਆਂ 8 9 10 ਹਾਂ 10 11 10 11 ਤੋਂ ਨਹੀਂ ਵੱਧਦੀਆਂ 8 ਤੋਂ ਘੱਟਦੀਆਂ ਨੇ ਆਜ਼ਾਦ ਜਿਹੜੇ ਹੋ ਗਏ ਆ ਆਪਣੇ ਕਿਸਾਨ ਆਗੂ ਹੋਗੇ ਜੇ ਸਾਇਦ ਸਰਦਾਰ ਸਿਮਰਜੀਤ ਸਿੰਘ ਮਾਨ ਬਹੁਤ ਚੰਗੇ ਨੇ ਉਹ ਵੀ ਜਿੱਤ ਸਕਦੇ ਨੇ 8ਵੀਂ ਦਵਾਰੇ ਜਿੱਤਣਗੇ 117 ਹੋਗੇ ਜੋੜਲੇ